ਪਰਲਿਗਾਰੀ ਤੇਰੀ ਬਕਵਾਸ ਬੰਦ ਕਰ ਮੈਨੂੰ ਫਰਕ ਨਹੀਂ ਪਉਂਦਾ ਤੇਰੀ ਗੰਦੀ ਜ਼ਬਾਨ ਨਾਲ ਮੈਨੂੰ ਫਰਕ ਨਹੀਂ ਪਉਂਦਾ ਮੈਂ ਇੱਕ ਬਲੋਚ ਸਰਦਾਰ ਦਾ ਪੁੱਤਰ ਹਾਂ ਅਗਰ ਜਾਫਰਲਿਗਾਰੀ ਤੂੰ ਗੈਰਤਮੰਦ ਇਨਸਾਨ ਹੋਇਆ ਤੇ ਤੇਰੀ ਜ਼ਾਲ ਚਾਰ ਪਰਦੇ ਵਿੱਚ ਘਰ ਬੈਠੀ ਹੋਇਆ ਦਰ ਦਰ ਗਲੀ ਗਲੀ ਰੁੱਲੇ ਨਾ ਹਵਦੀ ਜ਼ਾਲ ਦਾ ਖੱਟਿਆ ਖੰਦੀ ਤੂੰ ਰੰਦ ਦਾ ਖੱਟਿਆ ਖੰਦੀ ਤੂੰ ਆਪਣੇ ਆਪ ਬਲੋਚ ਸਰਦਾਰ ਆਦੀ ਤੂੰ ਅਸਾਂ ਮੁਸਲਮਾਨ ਹਾਂ ਅਸਾਂ ਇੱਜ਼ਤਦਾਰ ਹਾਂ ਸਾਡੇ ਇਲਾਕੇ ਦਾ ਰਿਵਾਇਤ ਹੈ ਸਾਡੇ ਧੀਰੀ ਭੈਣੀ ਚਾਰ ਪਰਦੇ ਵਿੱਚ ਸੋਹਣਿਆ ਲੱਗਦਾ ਇਹ ਕੋਈ ਨਹੀਂ ਜਿਹੜਾ ਆਵੇ ਗਲਾ ਪਾ ਦੇ ਤਸਵੀਰ ਚ ਕੋ ਇਹ ਕੋ ਗੈਰਤ ਨਹੀਂ ਆਦੇ ਜਾਫਰ ਲਿਖਾਰੀ ਆਪਣੇ ਆਪ ਕੋ ਗੈਰਤ ਮਦ ਆਦੀ ਮੇਰੀ ਜ਼ਬਾਨ ਨਾ ਖੁਲਵਾ ਮੇਰੇ ਵਾਲਦੈਨ ਨੇ ਮੇਕੋ ਤਰਬੀਅਤ ਨਹੀਂ ਦਿੱਤੀ ਮੈਂ ਤੇਰੇ ਬਾਰੇ ਵਿੱਚ ਕੋਈ ਗੱਲ ਕਰਾਂ ਅਗਰ ਤੂੰ ਆਪਣੀ ਜ਼ਬਾਨ ਕਨੇ ਬਾਜ਼ ਨਾ ਆਇਆ ਤੇ ਅਮਰੀਕਾ ਕਨੇ ਘੰਟੇ ਚੋਟੀ ਤੱਕ ਤੇ ਚੋਟੀ ਕਨੇ ਘੰਟੇ ਜਾਮਪੁਰ ਤੱਕ ਇਹ ਜੇ ਤੇਰੇ ਕਿਸੇ ਕੋਲੇ ਸਾ ਮੂੰਹ ਨਿਕਾਉਣ ਦੇ ਕਾਬਿਲ ਨਾ ਰਹਾ ਤੇ ਬਵਾਲ ਕੋ 20 ਮਿੰਟ ਤਕਰੀਰ ਕੀਤੀ ਇਸ ਮੇਕੋ ਬੁਰਾ ਭਲਾ ਕੇ